مشائخ حضرت نظام الدین اولیاء حضور دا ایک مرید خادم سی آپ نے فرمایا بھی جا کے ساڈی جتی موچی تو بٹھا لیا جتی لے کے تر پیا موچی دے کول گیا کہندا بھی آ جتی گٹھاونی آ کہندا بھی میرے کو دو تین جوڑے اگے بھی ہے گے انہاں تو بعد واری آؤ گی جس ویلے دو تین جتیاں انہیں سیتیاں یا پالش کیتیاں کرن تو بعد کہندا لیا بھی جتی جس ویلے جتی دیکھی جتی بڑی خوبصورت سی کہن لگا جتی کدی آ کہندا ہے جتی رب دی آ ਕਹਿੰਦਾ ਬੇਵਕੂਫਾ ਤੂੰ ਪਾਗਲ ਤਾਂ ਨਹੀਂ ਜੁੱਤੀ ਬੰਦੇ ਦੀ ਲਈ ਫਿਰਦਾ ਕਹਿੰਦਾ ਰੱਬ ਦੀ ਆ ਸੱਚ ਦੱਸ ਜੁੱਤੀ ਕਿਹਦੀ ਆ ਉਹ ਕਹਿੰਦਾ ਰੱਬ ਦੀ ਇਹ ਖੱਬ ਸੁਣ ਕੇ ਦੋ ਤਿੰਨ ਆਦਮੀ ਜਮ੍ਹਾਂ ਹੋ ਗਏ ਉਹਨੇ ਉਹਨਾਂ ਨੂੰ ਮੁਖਾਤਬ ਕਰ ਲਿਆ ਕਹਿਣ ਲੱਗਾ ਦੇਖੋ ਬਈ ਜੁੱਤੀ ਬੰਦੇ ਦੀ ਲਈ ਫਿਰਦਾ ਕਹਿੰਦਾ ਰੱਬ ਦੀ ਆ ਉਹ ਕਹਿਣ ਲੱਗੇ ਦੱਸੋ ਜੁੱਤੀ ਕਿਹਦੀ ਆ ਕਹਿੰਦਾ ਬਈ ਰੱਬ ਦੀ ਸ਼ਰੀਅਤ ਦਾ ਦੌਰ ਹੈ ਕਾਜ਼ੀ ਦੀ ਹਕੂਮਤ ਦਾ ਕਿਤੇ ਉਹ ਨਾ ਹੋਵੇ ਨਾ ਹੱਕ ਮਾਰਿਆ ਜਾਵੇ ਹਾਲੇ ਵੀ ਦੱਸਦਾ ਜੁੱਤੀ ਕਿਹਦੀ ਆ ਉਹ ਕਹਿੰਦਾ ਜੀ ਰੱਬ ਦੀ ਉਹਨਾਂ ਨੇ ਕਿਹਾ ਪੁਲਿਸ ਵਾਲੇ ਨੂੰ ਕਿਹਾ ਸਿਪਾਹੀ ਨੂੰ ਆਵਾਜ਼ ਮਾਰੋ ਜਿਸ ਵੇਲੇ ਸਿਪਾਹੀ ਆਇਆ ਉਹ ਕਹਿੰਦਾ ਕੀ ਗੱਲ ਆ ਕੀ ਝਗੜਾ ਕਹਿੰਦੇ ਜੀ ਆਦਮੀ ਸ਼ਰੀਅਤ ਦੇ ਖਿਲਾਫ ਗੱਲ ਕਰਦਾ ਜੁੱਤੀ ਬੰਦੇ ਦੀ ਲਈ ਫਿਰਦਾ ਕਹਿੰਦਾ ਰੱਬ ਦੀ ਆ ਉਹ ਕਹਿੰਦਾ ਦੱਸੋ ਜੁੱਤੀ ਕਿਹਦੀ ਆ ਕਹਿੰਦਾ ਜੀ ਰੱਬ ਦੀ ਸਿਪਾਹੀ ਨੇ ਫੜ ਲਿਆ ਉਹਨੂੰ ਹਿਰਾਸਤ 'ਚ ਲੈ ਲਿਆ ਜਾ ਕੇ ਕਾਜ਼ੀ ਦੇ ਪੇਸ਼ ਕਰ ਦਿੱਤਾ ਕਾਜ਼ੀ ਕਹਿੰਦਾ ਇਹਦਾ ਜੁਰਮ ਕੀ ਆ ਕਹਿਣ ਲੱਗਾ ਜੀ ਜੁੱਤੀ ਬੰਦੇ ਦੀ ਲਈ ਫਿਰਦਾ ਕਹਿੰਦਾ ਰੱਬ ਦੀ ਆ ਕਾਜ਼ੀ ਨੇ ਵੀ ਪੁੱਛਿਆ ਜੁੱਤੀ ਕਿਹਦੀ ਕਹਿੰਦਾ ਜੀ ਰੱਬ ਦੀ ਕਾਜ਼ੀ ਨੇ ਕਿਹਾ ਸ਼ਾਇਦ ਇਹ ਆਦਮੀ ਪਾਗਲ ਨਾ ਹੋਵੇ ਜਾਂ ਇਹਦੇ ਦਿਮਾਗ 'ਚ ਫਰਕ ਨਾ ਹੋਵੇ ਇਹਨੂੰ ਸ਼ਾਹੀ ਮਹਿਮਾਨਖਾਨੇ 'ਚ ਠਹਿਰਾਇਆ ਜਾਵੇ ਔਰ ਇਹਦੀ ਖਾਤਰ ਤਵਾਜ਼ਿਆ ਕੀਤੀ ਜਾਵੇ ਫਿਰ ਪੁੱਛਾਂਗੇ ਜੁੱਤੀ ਕਿਹਦੀ ਆ ਲਿਹਾਜ਼ਾ ਸ਼ਾਹੀ ਮਹਿਮਾਨਖਾਨੇ ਦੇ ਵਿੱਚ ਠਹਿਰਾਇਆ ਉਹਦੀ ਖਿਦਮਤ ਤਵਾਜ਼ਿਆ ਕੀਤੀ ਅਗਲਾ ਦਿਨ ਚੜਿਆ ਚੜ ਕੇ ਪੁੱਛਣ ਲੱਗਾ ਦੱਸ ਬਈ ਜੁੱਤੀ ਕਿਹਦੀ ਆ ਕਹਿੰਦਾ ਜੀ ਰੱਬ ਦੀ ਕਹਿੰਦਾ ਮੇਰੇ ਹੱਥ 'ਚ ਕੀ ਆ ਕਹਿੰਦਾ ਜੀ ਕਲਮ ਕਹਿੰਦਾ ਵਕਤ ਕੀ ਆ ਕਹਿੰਦਾ ਜੀ 12 ਵਜੇ ਹੋਇਆ ਕਾਜ਼ੀ ਕਹਿੰਦਾ ਵੀ ਵਕਤ ਵੀ ਸਹੀ ਦੱਸਦਾ ਕਲਮ ਵੀ ਸਹੀ ਆ ਹੁਣ ਦੱਸ ਜੁੱਤੀ ਕਿਹਦੀ ਆ ਕਹਿੰਦਾ ਜੀ ਰੱਬ ਦੀ ਜਦ ਨੂੰ ਹਜ਼ਰਤ ਨਿਜ਼ਾਮੋਦੀਨ ਆਪਣੇ ਮੁਰੀਦਾਂ ਦੇ ਵਿੱਚ ਬੈਠੇ ਬੈਠੇ ਕਹਿੰਦੇ ਚਲੋ ਵੀ ਬਾਜ਼ਾਰ ਦੀ ਜ਼ਰਾ ਸੈਰ ਕਰਨ ਵਾਸਤੇ ਚੱਲੀਏ ਆਪ ਸੈਰ ਕਰਦੇ ਕਰਦੇ ਜਿਸ ਵੇਲੇ ਹਜੂਮ ਦੇਖਿਆ ਉੱਥੇ ਆ ਗਏ ਆਪ ਨੇ ਪੁੱਛਿਆ ਦੋਸਤਾਂ ਨੂੰ ਵੀ ਹਜੂਮ ਕਾਹਦਾ ਕਹਿੰਦੇ ਜੀ ਕੋਈ ਫੈਸਲਾ ਹੋਇਆ ਜਿਸ ਵੇਲੇ ਆਪ ਅੱਗੇ ਬੜੇ ਕਾਜ਼ੀ ਨੇ ਹਜ਼ੂਰ ਸੁਲਤਾਨੁਲ ਨਿਜ਼ਾਮੋਦੀਨ ਔਲੀਆ ਨੂੰ ਦੇਖਿਆ ਆਪਣੀ ਕੁਰਸੀ ਛੱਡ ਦਿੱਤੀ ਉੱਠ ਕੇ ਖੜਾ ਹੋ ਗਿਆ ਕਹਿੰਦਾ ਜੀ ਇੱਥੇ ਤਸ਼ਰੀਫ ਲਿਆਓ ਆਪ ਕਹਿੰਦੇ ਨਹੀਂ ਵੀ ਤੂੰ ਵਕਤ ਦਾ ਹਾਕਮ ਹੈ ਵਕਤ ਦੇ ਹਾਕਮ ਦੀ ਇਤਾਇਤ ਜਾਇਦ ਹੈ ਮੁਨਾਸਬ ਹੈ ਲਿਹਾਜ਼ਾ ਕੁਰਸੀ ਹੋਰ ਲਗਾ ਲਓ ਕੁਰਸੀ ਹੋਰ ਆ ਗਈ ਹਜ਼ੂਰ ਤਸ਼ਰੀਫ ਫਰਮਾ ਹੋ ਗਏ ਕਾਜ਼ੀ ਨੂੰ ਕਹਿਣ ਲੱਗੇ ਬਈ ਕੀ ਗੱਲ ਹੈ ਹਜੂਮ ਕਿਉਂ ਇਕੱਠਾ ਕਹਿੰਦੇ ਜੀ ਆਹ ਪਾਗਲ ਸ਼ਖਸ ਹੈ ਜੁੱਤੀ ਇਹਦੇ ਕੋਲ ਇਨਸਾਨ ਦੀ ਹੈ ਕਹਿੰਦਾ ਰੱਬ ਦੀ ਹੈ ਆਪ ਹਜ਼ਰਤ ਨਿਜ਼ਾਮੋਦੀਨ ਔਲੀਆ ਫਰਮਾਉਣ ਲੱਗੇ ਕਾਜ਼ੀ ਸਾਹਿਬ ਤੁਸੀਂ ਕੁਰਾਨ ਪਾਕ ਨਹੀਂ ਪੜ੍ਹਿਆ ਕਹਿੰਦਾ ਜੀ ਪੜ੍ਹਿਆ ਆਪ ਕਹਿੰਦੇ ਉਹਦੇ ਵਿੱਚ ਆਇਤ ਆ ਕਿ ਅੱਲਾਹੁ ਮਿਰਾ ਸੁਸਮਾਵਾਤ ਵ ਮਾ ਫਿਲ ਅਰਦ ਕਿ ਤਮਾਮ ਕੋ ਜੋ ਜ਼ਮੀਨ ਅਸਮਾਨ ਦੇ ਦਰਮਿਆਨ ਆ ਤਮਾਮ ਅੱਲਾ ਦੀ ਵਿਰਾਸਤ ਹੈ ਜਾਂ ਫਿਰ ਇਸ ਦਰਮਿਆਨ 'ਚੋਂ ਇਸ ਜੁੱਤੀ ਨੂੰ ਕੱਢ ਦਿਓ ਅਗਰ ਜੁੱਤੀ ਨਹੀਂ ਨਿਕਲ ਸਕਦੀ ਫਿਰ ਇਹ ਆਦਮੀ ਸੱਚਾ ਕੇ ਰੱਬ ਦੀ ਜੁੱਤੀ ਆਪ ਕਹਿਣ ਲੱਗੇ ਕਾਜ਼ੀ ਸਾਹਿਬ ਤੁਸੀਂ ਇਹਦਾ ਮਕਾਮ ਨਹੀਂ ਜਾਣਦੇ ਇਹਦਾ ਮਕਾਮ ਕੀ ਹੈ ਉਹ ਕਹਿੰਦਾ ਕਾਜ਼ੀ ਕਹਿੰਦਾ ਦੱਸੋ ਤੇਰਾ ਕੀ ਮਕਾਮ ਹੈ ਉਹ ਕਹਿਣ ਲੱਗਾ ਪਹਿਨ ਲਿਆ ਹੋ ਮਿਲਿਆ ਸਾਨੂੰ
कदी कजा ना होवे। हजरत निजामुद्दीन औलिया फरमान लगे, काजी साहब तुसी इस शख्स दे मकाम नु नहीं जानदे, ए जिधर भी देखदा नु रब ही नजर आ रहा, ए इल्मे लदुनी तो वाकफ है। काजी साहब हाथ जोड़ के कहंदे, हजूर मैनु भी इस इल्म तो वाकफ कीता जावे। आप कहंदे तमाम गौस कुतुब अब्दाल कामल अल्लाह दे दरबार चर्च कर दे, तू भी कर ला। ओ काजी कहन लगा, रब्बा मेरे आओ इल्म सिखा दे, जिदी इंतहा ना होवे, जिदी इंतहा ना होवे, रब्बा मेरे आओ इल्म सिखा दे, जिदी इंतहा ना होवे, जिदी इंतहा ना होवे, रब्बा मेरे आओ इल्म सिखा दे, जिदी इंतहा ना होवे। Ooh।
तरफ ना कोई ओ जीप ना हिले अते होंठ ना पर के भला असल नमाजी सो नमाज पढ़ा दे।
I didn't know.